ਹੁਣ ਤੱਕੀਏ ਜਦੋਂ ਸਾਹਿਬ ਜੀ ਉਦਾਸੀਆਂ ਨੂੰ ਚੱਲਿਆ ਭੈਣ ਨਾਨਕੀ ਦੋਨਾਂ ਭਤੀਜਿਆਂ ਦੀਆਂ ਬਾਹਾਂ ਫੜ ਕੇ ਖਲੋਤੀ ਹੈ ਨਾਨਕ ਵੀਰਿਆ ਇਹਨਾਂ ਬੱਚਿਆਂ ਨੂੰ ਛੱਡ ਕੇ ਕਿੱਥੇ ਚੱਲਿਆ ਹੈ ਬਾਦਸ਼ਾਹ ਕਹਿਣ ਲੱਗੇ ਭੈਣ ਇਹਨਾਂ ਦਾ ਫਿਕਰ ਨਾ ਕਰੀ ਇਹਨਾਂ ਦਾ ਵੱਖਰਾ ਪੰਥ ਹੋਵੇਗਾ ਉਹ ਕਿਹੜਾ ਉਦਾਸੀਨ ਉਦਾਸੀਨ ਤੋਂ ਭਾਵ ਜਾਣਦੇ ਹੋ ਜਿਹੜੇ ਉਦਾਸੀ ਮਹਾਂਪੁਰਖ ਹੁੰਦੇ ਨੇ ਕਿ ਖੁਦਾ ਦੇ ਵਿੱਚ ਹੀ ਭੇਦ ਹੋ ਜਾਣ ਵਾਲੇ ਭਾਵੇਂ ਸੇਵਾ ਪੰਥੀ ਹੋਣ ਭਾਵੇਂ ਖਾਲਸਾ ਜੀ ਨਿਰਮਲੇ ਹੋਣ ਭਾਵੇਂ ਪਿਆਰੇ ਖਾਲਸਾ ਜੀ ਆ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਖਾਲਸਾ ਨਿਹੰਗ ਸਿੰਘ ਫੌਜਾਂ ਇਹ ਕੋਈ ਵੱਖ ਨਹੀਂ ਇਹ ਇੱਕੋ ਹੀ ਜੇ ਜਦ ਸਾਹਿਬ ਜੀ ਕਹਿੰਦੇ ਇਹਨਾਂ ਦਾ ਵੱਖਰਾ ਪੰਥ ਹੋਵੇਗਾ ਇਹਨਾਂ ਦਾ ਫਿਕਰ ਨਾ ਕਰਿਓ ਇਹਨਾਂ ਦੇ ਚਰਨਾਂ ਤੇ ਦੁਨੀਆ ਆਪ ਨਮਸਕਾਰਾਂ ਕਰੇਗੀ ਤੇ ਜੇ ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨਾਲ ਬਾਬਾ ਸ਼੍ਰੀ ਚੰਦ ਜੀ ਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਿਲਾਪ ਹੋਇਆ ਤੇ ਇੱਥੇ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਚੌਥੇ ਗੁਰੂ ਨਾਨਕ ਨੂੰ ਕੀ ਪੁੱਛਿਆ ਕਿ ਪਾਤਸ਼ਾਹ ਆਪ ਨੇ ਇਹ ਵੱਡਾ ਵੱਡਾ ਦਾੜਾ ਕਿਉਂ ਵਧਾਇਆ ਹੋਇਆ ਤੇ ਨਿਮਰਤਾ ਦੇ ਸਾਗਰ ਪ੍ਰੇਮ ਦੇ ਬਟਸਮੇ ਮੇਰੇ ਬਾਪੂ ਗੁਰੂ ਰਾਮਦਾਸ ਜੀ ਨੇ ਨਿਮਰਤਾ ਦੇ ਨਾਲ ਆਪਣੇ ਦਾੜੇ ਨੂੰ ਪਕੜਿਆ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਝਾੜੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਚਰਨ ਝਾੜਨ ਵਾਸਤੇ ਰੱਖਿਆ ਜੀ ਵੇਖੋ ਕਿੱਡੀ ਨਿਮਰਤਾ ਤੇ ਕਵੀ ਨੇ ਬਹੁਤ ਹੀ ਕਮਾਲ ਦੀਆਂ ਤੇ ਪਿਆਰ ਵਾਲੀਆਂ ਸਤਰਾਂ ਲਿਖੀਆਂ ਨੇ ਕਿ ਬੰਦਨਾ ਟੰਡਾਉ ਤੋਂ ਬਾਬੇ ਸ਼੍ਰੀ ਚੰਦ ਨੂੰ ਨਾਨਕ ਗੁਰੂ ਦੇ ਸੋਹਣੇ ਫਰਜ਼ ਨੂੰ ਆਓ ਜੀ ਜੱਥੇ ਪਾਸੋ ਇਹ